ਵਾਰਡ ਨੰਬਰ 71 ਦੇ ਅਦੀਨੋਂ ਦੇ ਇਲਾਕੇ ਚਵਾਲ ਰੋਡ ਬਾਬਾ ਦੀਪ ਸਿੰਘ ਕਲੋਨੀ ਦੇ ਲੋਕ ਨਰਕਪਰਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਕਾਰਨ ਹੈ ਕਿ ਇਲਾਕੇ ਦੀ ਮੇਨ ਰੋਡ ਵਾਲੀ ਸੜਕ ਬਣਾਈ ਗਈ ਹੈ ਪਰ ਸੜਕ ਦੇ ਅੰਦਰ ਦੀਆਂ ਗਲੀਆਂ ਨੂੰ ਨਹੀਂ ਬਣਾਇਆ ਗਿਆ। ਜਿਸ ਕਾਰਨ ਲੋਕਾਂ ਦਾ ਉੱਥੇ ਰਹਿਣਾ ਬਹੁਤ ਹੀ دشوار ਹੋਇਆ ਪਿਆ ਹੈ। ਲੋਕਾਂ ਵੱਲੋਂ ਸਾਡੀ ਫਾਸਲੇ ਨਿਊਜ਼ੀਮ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਗਲੀਆਂ ਦੀ ਹਾਲਤ ਬਹੁਤ ਹੀ ਬੱਦਰ ਭੜੀ ਹੋਈ ਹੈ। ਥਾਂ-ਥਾਂ ਟੋਏ ਪਏ ਹੋਣ ਕਾਰਨ ਅਤੇ ਬਾਰਿਸ਼ ਤੋਂ ਬਾਅਦ ਇਲਾਕੇ ਦੀ ਹਾਲਤ ਨਰਕਪਰੀ ਬਣ ਜਾਂਦੀ ਹੈ। ਅਤੇ ਲੰਗਨ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਸਬੰਧ ਵਿੱਚ ਇਲਾਕਾ ਵਾਸੀਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲ ਇਸ ਇਲਾਕੇ ਦੀਆਂ ਰਹਿਂਦੀਆਂ ਗਲੀਆਂ ਨੂੰ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਹ ਗਲੀਆਂ ਦੀ ਮੁਸ਼ਕਲ ਜੀ ਸਾਨੂੰ ਗਲੀਆਂ ਬਹੁਤ ਖਰਾਬ ਹੋ ਗਈਆਂ ਬਣਾਓ ਗਲੀਆਂ ਸਾਡੇ ਕੋਈ ਰਿਸ਼ਤੇਦਾਰ ਆਉਂਦੇ ਉਹ ਵੀ ਭੱਜ ਜਾਂਦੇਗੇ ਵੇਖ ਕੇ ਕਿ ਬੱਚੇ ਦਾ ਰਿਸ਼ਤਾ ਹੁੰਦਾਗਾ ਉਹ ਵੀ ਮੁੱਕਰ ਜਾਂਦੇ ਗਲੀਆਂ ਵੇਖ ਕੇ ਵਾਰ ਨੰਬਰ 71 ਦੇ ਆਸੀ ਵਾਸੀ ਆ ਬਾਬਾ ਦੀਪ ਸਿੰਘ ਕਲੋਨੀ ਸਾਡੀ ਗਲੀ ਦਾ ਨਾਮ ਹੈ ਮੇਨ ਦਾ ਰਾਜੇਂਦਰ ਕੌਰ ਜੀ ਸਾਡੇ ਕੌਂਸਲਰ ਹੈਗੇ ਨੇ ਅਸੀਂ ਉਹਨਾਂ ਨੂੰ ਅੱਗੇ ਕਈ ਵਾਰ ਜਾ ਕੇ ਮੁਸ਼ਕਿਲ ਦਾ ਦੱਸਿਆ ਹੈ ਸਾਡਾ ਕਿ ਸਾਡੀ ਮੇਨ ਗਲੀ ਬਣਾ ਦਿੱਤੀ ਗਈ ਹੈ ਔਰ ਇਹ ਸੋਤੇਲਾ ਵਿਹਾਰ ਕਰਦੇ ਹੁੰਦੇ ਉਹਨਾਂ ਨੇ ਛੱਡ ਦਿੱਤਾ ਗਿਆ ਮੇਨ ਗਲੀ ਦਾ ਜਦਕਿ ਮੇਨ ਗਲੀ ਨਾਲੋਂ ਜ਼ਿਆਦਾ ਘਰ ਸਾਡੀ ਗਲੀ ਦੇ ਵਿੱਚ ਆ ਗਏ ਨੇ ਪਰ ਇਹ ਤਾਂ ਵੀ ਨਹੀਂ ਬਣੀਆਂ ਸਾਡੀ ਮੇਨ ਮੁਸ਼ਕਿਲ ਇਹ ਕਿ ਸਾਡੇ ਵੀ ਬੱਚੇ ਛੋਟੇ ਛੋਟੇ ਨੇ ਕਰਦੇ ਬਜ਼ੁਰਗ ਹੈਗੇ ਨੇ ਜਿਨ੍ਹਾਂ ਨੂੰ ਨੰਗਾ ਚ ਮੁਸ਼ਕਲ ਆਂਦੀ ਆ ਤੇ ਅਸੀਂ ਇਹੀ ਮੰਗ ਕਰਨਾ ਚਾਹਾਂਗੇ ਸਾਡੀ ਗਲੀ ਜਲਦ ਚਲ ਬਣਾ ਦਿੱਤੀ ਜਾਵੇ ਲਾਕਾ ਵੇਖ ਲੋ ਭਾ ਬੱਚੇ ਵੀ ਬਾਹਰ ਨਹੀਂ ਨਿਕਲ ਦੇਗੇ ਜਦੋਂ ਰਿਸ਼ਤਾ ਕੋਈ ਨਿਆਣੇ ਦਾ ਹੁੰਦਾ ਉਹ ਵੀ ਨਾ ਕਰ ਜਾਂਦੇਗੇ ਉਹ ਵੀ ਕਹਿੰਦੇ ਤੁਹਾਡੀ ਗਲੀ ਨਹੀਂ ਬਣੀ ਹੈਗੀ ਐ ਰਿਸ਼ਤਾ ਨੇ ਕੁੜੀ ਕਿੱਥੇ ਭੇਜਣੀ ਆ ਸਾਡੀ ਵੀ ਗਲੀ ਬਣਨੀ ਚਾਹੀਦੀ ਐਂ ਵੋਟਾਂ ਦੇ ਨੇ ਸਾਡੀਆਂ ਵੋਟਾਂ ਬੜੀਆਂ ਹੈਗੀਆਂ ਐਂ ਵੋਟਾਂ ਦੇ ਨੇ ਤਾਂ ਸਾਡੀ ਕੋਈ ਸੁਣਾਈ ਨਹੀਂ ਵੀ ਦਿੰਦੇ ਲੈਂਦੇਗੇ ਕਿੰਨੀ ਵਾਰੀ ਕਹਤਾ ਵੀ ਗਲੀ ਬਣਾ ਕੇ ਜਾਓ ਆਉਂਦੇ ਵੇਖ ਕੇ ਚਲੇ ਜਾਂਦੇ ਆ ਸਾਰੇ ਇਹੋ ਹੀ ਕਹਿਣਾ ਕਿ ਗਲੀਆਂ ਬਣਨੀਆਂ ਚਾਹੀਦੀਆਂ ਸਾਰੀਆਂ ਗਲੀਆਂ ਟੁੱਟੀਆਂ ਪਈਆਂ ਤੁਹਾਡੇ ਸਾਹਮਣੇ ਦੇਖ ਲਓ ਹੁਣ ਬਾਰਿਸ਼ ਆਈ ਪਾਣੀ ਪਾਣੀ ਇਕੱਠਾ ਹੋ ਗਿਆ ਜੇ ਇੱਥੇ ਬੱਚਿਆਂ ਨੂੰ ਬੜੀ ਦਿੱਕਤ ਆਉਂਦੀ ਹੁੰਦੀ ਹੈ ਤੇ ਐਸੇ ਕਰਕੇ ਅਸੀਂ ਜਾਣਦੇ ਹਾਂ ਕਿ ਜਲਦੀ ਤੋਂ ਜਲਦੀ ਬਣਨ ਵੋਟਾਂ ਤੋਂ ਪਹਿਲਾਂ ਤਾਂ ਕਿ ਅਸੀਂ ਵੀ ਵੋਟਾਂ ਦਈਏ ਉਹਨਾਂ ਨੂੰ ਨਹੀਂ ਤੇ ਸਾਡੇ ਵੱਲੋਂ ਤੇ ਸਮਝੋ ਨਹੀਂ ਹੈ ਐਦ ਕੀ ਹਲਕਾ ਸੈਂਟਰਲ ਦੀ ਵਾੜ ਨੰਬਰ 71 ਦਾ ਜਿਹੜਾ ਹਾਲ ਹੈ ਨਰਕ ਭਰਿਆ ਬਣਿਆ ਪਿਆ ਲੋਕ ਨਰਕ ਭਰਿਆ ਜੀਵਨ ਬਤੀਤ ਕਰਨ ਨੂੰ ਮਜਬੂਰ ਨੇ ਜਿਸ ਬੰਦੇ ਵਿੱਚ ਸਾਡੀ ਫਾਟਰੀ ਪਹੁੰਚੀ ਹੈ ਤੇ ਜਗਾ ਜਗਾ ਤੇ ਗੰਦਗੀ ਪਈ ਹੈ ਟੋਏ ਬਨੇ ਪਏ ਨੇ ਸੜਕਾਂ ਜਾਂ ਗਲੀਆਂ ਦੀ ਗੱਲ ਕਰ ਲਈਏ ਬਿਲਕੁਲੀ ਨਰਗ ਭਰੀਆਂ ਬਣੀਆਂ ਪਈਆਂ ਨੇ ਲੋਕਾਂ ਦਾ ਇਥੋਂ ਨੰਗਣਾ ਬੜਾ ਮੁਸ਼ਕਲ ਹੈ بارش ਹੱਲੇ ਰਾਤ ਦੀ ਥੋੜੀ ਦੇਰ ਦੀ ਹੋਈ ਹੈ ਤੇ ਹਾਲ ਤੁਸੀਂ ਦੇਖ ਲਓ ਕਿ ਬਣਿਆ ਪਿਆ ਕੱਚੀ ਮਿੱਟੀ ਦੀਆਂ ਗਲੀਆਂ ਨੇ ਲੋਕਾਂ ਦੀ ਮੰਗ ਹੈ ਕਿ ਜਿਸ ਤਰ੍ਹਾਂ ਬਾਹਰ ਮੇਨ ਜਿਹੜੀ ਸੜਕ ਬਣਾਈ ਹੈ ਜੇ ਗਲੀਆਂ ਵੀ ਪੱਕੀਆਂ ਕਰ ਦਿੱਤੀਆਂ ਜਾਣ ਜਿਹੜੇ ਚੋਣ ਮੈਨੀਫੈਸਟੋ ਚ ਲੀਡਰ ਵਾਅਦੇ ਕਰਦੇ ਨੇ ਪੂਰਾ ਕਰਨ ਦੇ ਪਰ ਉਹ ਪੂਰੇ ਨਾ ਹੋਣ ਤੇ ਲੋਕਾਂ ਨੂੰ ਉਸ ਚੀਜ਼ ਦਾ ਰੋਸ਼ ਰਹਿਦਾ ਤੇ ਲੋਕਾਂ ਦੀ ਮੰਗ ਹੈ ਪਹਿਲ ਦੇ ਆਧਾਰ ਦੇ ਉੱਤੇ ਜਿਹੜੀਆਂ ਗਲੀਆਂ ਬਣਾਈਆਂ ਜਾਣ ਤਾਂ ਜੋ ਉਹਨਾਂ ਦਾ ਵੋਟਾਂ ਦਾ ਜਿਹੜਾ ਮੁੱਲ ਹੈ ਜਾਂ ਮੋਟਾ ਦਾ ਜਿਹੜਾ ਦੇਣ ਦਾ ਕੰਮ ਆ ਉਹਨਾਂ ਨੂੰ ਸਹੀ ਸ ਚਰਮਾ ਫਾਸਟੇ ਨਿਊਜ਼ ਅੰਮ੍ਰਿਤਸਰ